ਤਾਂ ਹਰਿਆਣਾ ਪੰਜਾਬ ਬਾਰਡਰ ਦੇ ਉੱਤੋਂ ਰਾਹਤ ਭਰੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਅਤੇ ਹਰਿਆਣਾ ਦਾ ਜਿਹੜਾ ਬਾਰਡਰ ਕਈ ਦਿਨਾਂ ਤੋਂ ਕਿਸਾਨਾਂ ਕਰਕੇ ਬੰਦ ਕੀਤਾ ਗਿਆ ਸੀ ਤਾਂ ਕਿ ਕਿਸਾਨ ਦਿੱਲੀ ਵੱਲ ਕੂਚ ਨਾ ਕਰ ਸਕਣ, ਉਹ ਰਾਹ ਹੁਣ ਖੋਲ ਦਿੱਤਾ ਗਿਆ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਅੰਬਾਲਾ ਦੀਆਂ, ਜਿੱਥੇ ਅੰਬਾਲਾ ਚੰਡੀਗੜ੍ਹ ਹਾਈਵੇ ਅੱਜ ਦੋਨੋਂ ਤਰਫਾਂ ਤੋਂ ਖੋਲ ਦਿੱਤਾ ਗਿਆ ਹੈ। ਦੇਰ ਰਾਤ ਤੋਂ ਇਸ ਦੇ ਉੱਤੇ ਟ੍ਰੈਫਿਕ ਚਲਾ ਦਿੱਤਾ ਜਾਵੇਗਾ, ਲੋਕ ਲੰਘਣ ਲੱਗ ਜਾਣਗੇ ਇਸ ਦੇ ਉੱਪਰੋਂ, ਆਵਾਜਾਈ ਲੋਕਾਂ ਦੀ ਸ਼ੁਰੂ ਕਰ ਦਿੱਤੀ ਜਾਵੇਗੀ, ਤਾਂ ਰਾਹ ਖੋਲ ਦਿੱਤਾ ਗਿਆ ਹੈ। ਤਾਂ ਵੱਡੀ ਖਬਰ ਹੈ ਉਹਨਾਂ ਲੋਕਾਂ ਦੇ ਲਈ ਜੋ ਚੰਡੀਗੜ੍ਹ ਦੇ ਵਿੱਚ ਨੌਕਰੀ ਕਰਨ ਆਉਂਦੇ ਨੇ ਅੰਬਾਲਾ ਤੋਂ, ਉਹਨਾਂ ਲੋਕਾਂ ਦੇ ਲਈ ਜਿਹੜੇ ਚੰਡੀਗੜ੍ਹ ਤੋਂ ਦਿੱਲੀ ਜਾਣਦੇ ਨੇ, ਉਹਨਾਂ ਲੋਕਾਂ ਲਈ ਅਹਿਮ ਖਬਰ ਹੈ ਇਹ, ਜਿਹੜੇ ਰੋਜ਼ਾਨਾ ਅੰਬਾਲੇ ਥਾਈਂ ਹਰਿਆਣੇ ਦੇ ਵਿੱਚ ਜਾਂਦੇ ਨੇ, ਹਰਿਆਣੇ ਦੇ ਅੱਗੇ ਸ਼ਹਿਰਾਂ ਦੇ ਵਿੱਚ ਟਰੈਵਲ ਕਰਦੇ ਨੇ, ਉਹਨਾਂ ਦੇ ਲਈ ਖਾਸ ਖਬਰ ਹੈ। ਤਾਂ ਅੰਬਾਲਾ ਚੰਡੀਗੜ੍ਹ ਹਾਈਵੇ ਜਿਹੜਾ ਮਾਰਗ ਬੰਦ ਕੀਤਾ ਗਿਆ ਸੀ ਡੇਰਾ ਬੱਸੀ ਵਾਲਾ, ਉਹ ਖੋਲ੍ਹ ਦਿੱਤਾ ਗਿਆ ਹੈ ਕਿਸਾਨਾਂ ਨੂੰ ਦਿੱਲੀ ਕੂਚ ਤੋਂ ਰੋਕਣ ਦੇ ਲਈ। ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਹ ਰੋਕ ਲਗਾਈ ਗਈ ਸੀ, ਦੋਨੇ ਪਾਸਿਆਂ ਦੇ ਜਿਹੜੇ ਰਾਹ ਨੇ, ਜਿਹੜੀ ਮੇਨ ਸੜਕ ਹੈ ਨੈਸ਼ਨਲ ਹਾਈਵੇ, ਉਹਨੂੰ ਬੰਦ ਕਰ ਦਿੱਤਾ ਗਿਆ ਸੀ। ਤਾਂ 13 ਫਰਵਰੀ ਤੋਂ ਲੈ ਕੇ ਅੱਜ 4 ਮਾਰਚ ਹੋ ਗਈ ਹੈ, ਇੰਨੇ ਦਿਨ ਤੱਕ ਇਹ ਰਾਹ ਬੰਦ ਕੀਤਾ ਗਿਆ ਅਤੇ ਹੁਣ ਜਾ ਕੇ ਅੰਬਾਲਾ ਪ੍ਰਸ਼ਾਸਨ ਦੇ ਵੱਲੋਂ ਇਹ ਰਾਹ ਖੋਲ੍ਹ ਦਿੱਤਾ ਗਿਆ ਹੈ। ਤਾਂ ਵੱਡੀ ਖਬਰ ਹੈ ਦਿੱਲੀ ਚੰਡੀਗੜ੍ਹ ਹਾਈਵੇ ਜਿਹੜਾ ਹੈ ਉਹ ਖੋਲ੍ਹ ਦਿੱਤਾ ਗਿਆ ਹੈ, ਇੱਕ ਰਾਹ ਤੋਂ ਬੰਦ ਕਰ ਦਿੱਤਾ ਗਿਆ ਸੀ। 13 ਫਰਵਰੀ ਤੋਂ ਲਗਾਤਾਰ ਇੱਥੇ ਆਵਾਜਾਈ ਬੰਦ ਸੀ, ਪ੍ਰਸ਼ਾਸਨ ਨੇ ਵੱਡੇ ਵੱਡੇ ਬੈਰੀਗੇਡ ਲਾਤੇ ਸੀ, ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ, ਇਹ ਸਿਰਫ ਇਸ ਲਈ ਕਿ ਕਿਸਾਨ ਦਿੱਲੀ ਵੱਲ ਕੂਚ ਨਾ ਕਰ ਸਕਣ। ਤਾਂ ਹੁਣ ਪ੍ਰਸ਼ਾਸਨ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਠੰਡਾ ਹੁੰਦਾ ਵੇਖ ਇਸ ਰਾਹ ਨੂੰ ਖੋਲ੍ਹ ਦਿੱਤਾ ਗਿਆ ਹੈ ਅਤੇ ਦਿੱਲੀ ਆਉਣ ਜਾਣ 'ਚ ਚੰਡੀਗੜ੍ਹ ਤੋਂ ਆਸਾਨੀ ਹੋਵੇਗੀ। ਤਾਂ ਵੱਡੀ ਖਬਰ ਹੈ, ਵੱਧ ਤੋਂ ਵੱਧ ਇਸ ਖਬਰ ਨੂੰ ਸ਼ੇਅਰ ਕਰੋ ਤਾਂ ਕਿ ਜਿਹੜੇ ਲੋਕ ਚੰਡੀਗੜ੍ਹ ਤੋਂ ਦਿੱਲੀ ਰੋਜ਼ਾਨਾ ਜਾਂਦੇ ਨੇ ਜਾਂ ਚੰਡੀਗੜ੍ਹ ਤੋਂ ਅੰਬਾਲਾ ਰੋਜ਼ਾਨਾ ਜਾਂਦੇ ਨੇ, ਉਹਨਾਂ ਤੱਕ ਇਹ ਖਬਰ ਪਹੁੰਚਾ ਦਿਓ ਤਾਂ ਕਿ ਉਹ ਜਿਹੜਾ ਹੋਰ ਰਾਹਾਂ ਤੋਂ ਅੰਬਾਲਾ ਦੇ ਵਿੱਚ ਐਂਟਰੀ ਲੈਂਦੇ ਸੀ ਜਾਂ ਦਿੱਲੀ ਵੱਲ ਜਾਂਦੇ ਸੀ, ਹੁਣ ਸਿੱਧੇ ਰਾਹ ਜਾ ਸਕਦੇ ਨੇ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਰਾਹ ਖੋਲ੍ਹ ਦਿੱਤੇ ਗਏ ਨੇ।